गवर्नमेंट वालों राशन आया सी उहदे बारे तुसीं कुछ कहना चाहोगे? हाँ जी बोलो। राशन देखो जी बहुत वधिया कीता उन्होंने जिन्ना भी कीता डॉक्टर साहब ने मतलब कि पूरी मदद की अही भी पिंड वाली साथ दे नाल बथेरी मदद की है चलो डॉक्टर साहब वालों भी बथेरा राशन लॉकडाउन कोई लंगर वगैरह लगाया सी सुक्का राशन दिता? हाँ जी नहीं सुक्का भी राशन दिता वा वह डॉक्टर साहब वालों आया ही जो असं पिंड वालों किया पिंड की सहयोग के नाल किया वा बहुत ही वधिया पिंड के सहयोग न ही लंगर तुसीं किन्ने क दिन लगाया सी? अठ एक हफ्ता असी लंगर लगाया। मैडम मैं निक्की गल पुछना चाहना जिवें लॉकडाउन होया। हाँ जी चलो मतलब कि किटां दे हुंदियां ना गरीब परिवार वास्ते भी जिहड़े ज्यादे मातड़े आ उहदे वास्ते जे अहीं आखीए भी चंगे भले लोक किटां लैण इह गलत गल सरकार नूं चाहीदा कि गरीबां दे घर आण के वेखण सारा कुछ पड़ताल करके फिर इह किट जिहड़ी। मैम जदों तुसीं राशन वंडिया सी तुसीं घर घर जा के वंडिया सी या किद्दां की कीता सी? नहीं असीं घर घर जा के नहीं वंडिया। कित्थे वंडिया सी? हां जी इत्थे ही वंडिया सी ਇਹ ਆ ਵੀ ਕਮੇਟੀ ਦੇ ਨਾਲ ਅਸੀਂ ਰਲ ਕੇ ਸਾਰੀ ਸਹਿਮਤੀ ਕਰਕੇ ਫਿਰ ਅਸੀਂ ਸਾਰਾ ਜਿਵੇਂ ਕਿ ਤੁਹਾਨੂੰ ਪਤਾ ਉਸ ਟਾਈਮ ਤੇ ਕੋਰੋਨਾ ਦਾ ਕਹਿਰ ਕਿੰਨਾ ਮਚਿਆ ਹੋਇਆ ਸੀ ਤੇ ਤੁਸੀਂ ਕੋਈ ਸੇਫਟੀ ਰੱਖੀ ਸੀ ਰਾਸ਼ਨ ਵੰਡੇ ਦਾ? ਹਾਂਜੀ ਹਾਂਜੀ ਬਿਲਕੁਲ ਸੈਨੇਟਾਈਜ਼ਰ ਵਗੈਰਾ ਮਤਲਬ ਕਿ ਉਹਨੇ ਉਹਨੇ ਹਿਸਾਬ ਦੇ ਨਾਲ ਜਿੰਨੇ ਸਾਨੂੰ ਵਧੀਆ ਲੱਗਾ ਉਸੇ ਹਿਸਾਬ ਨਾਲ ਅਸੀਂ ਰਾਸ਼ਨ ਵੰਡੇ। ਮੈਡਮ ਜੇ ਕੱਲ ਨੂੰ ਬਿਲਕੁਲ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੀ ਕਿ ਅਸੀਂ ਜਿਹੜਾ ਰਾਸ਼ਨ ਬਣਾ ਕੇ ਘਰ ਘਰ ਪੈਕਿੰਗ ਕਰਕੇ ਅਸੀਂ ਹਰ ਇੱਕ ਘਰ ਦੇ ਵਿੱਚ ਥੋੜਾ ਥੋੜਾ ਪਹੁੰਚਾਇਆ ਸੀ। ਮੈਡਮ ਇਹ ਨਿੱਕੀ ਜੀ ਗੱਲ ਅਸੀਂ ਤੇ ਲੋਕਾਂ ਨੂੰ ਇਹੋ ਆਨੇ ਆ ਵੀ ਮਤਲਬ ਕਿ ਆਪਣਾ ਬਚਾ ਕਰੋ ਘਰ ਦੇ ਵਿੱਚ ਰਹੋ ਜਿੰਨੀ ਕੁ ਲੋੜ ਮੁਤਾਬਕ ਆਪਾਂ ਨੂੰ ਚਾਹੀਦੀ ਚੀਜ਼ ਜਾਂ ਕੋਈ ਚੀਜ਼ ਲੈਣ ਵਾਸਤੇ ਜਾਣਾ ਥੋੜੇ ਜੀ ਜਾਓ ਜਿਹੜੀ ਜ਼ਿਆਦਾ ਜ਼ਰੂਰਤ ਹੈ। ਮੈਮ ਜੀ ਹੁਣ ਕੱਲ ਨੂੰ ਫੇਰ ਕਰਫਿਊ ਜਾਂ ਲੋਕਡਾਊਨ ਲੱਗ ਗਿਆ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਮੰਗ ਕਰਨਾ ਚਾਹੁੰਦੇ ਆ ਵੀ ਘਰ ਘਰ ਆਣ ਕੇ ਵੇਖਿਆ ਜਾਵੇ ਵੀ ਕਿਹਨੂੰ ਕਿਸ ਚੀਜ਼ ਦੀ ਜ਼ਰੂਰਤ ਆ ਉਹ ਮਤਲਬ ਕਿ ਉਹਨਾਂ ਨੂੰ ਮੁਹੱਈਆ ਕਰਾਈ ਜਾਵੇ। ਮੈਮ ਸਰਕਾਰ ਨੂੰ ਇਹੋ ਮੈਸੇਜ ਦੇਵਾਂਗੇ ਵੀ ਚਲੋ ਜੋ ਵੀ ਆ ਹੁਣ ਇਸ ਕਰੋਨਾ ਮਹਾਮਾਰੀ ਦੇ ਕਾਰਨ ਜੋ ਫੈਲ ਰਿਹਾ ਵਾ ਉਹਨੂੰ ਥੋੜ੍ਹਾ ਜਿਹਾ ਆਪਾਂ ਨੂੰ ਵੀ ਪ੍ਰੇਰਿਤ ਚਾਹੀਦਾ ਵਾ ਸਰਕਾਰ ਨੂੰ ਵੀ ਉਹਦੇ ਵਾਸਤੇ ਚਾਹੀਦਾ ਵਾ ਮਤਲਬ ਕਿ ਥੋੜ੍ਹੀ ਬਹੁਤੀ ਗਰੀਬਾਂ ਦੀ ਵੀ ਸਹਾਇਤਾ ਕਰਨ ਅਤੇ ਚਲੋ ਜੋ ਵੀ ਆ ਮਤਲਬ ਕਿ। ਮੈਡਮ ਜੀ ਇਹਦੇ ਬਾਰੇ ਤੁਸੀਂ ਹੁਣ ਜਿਵੇਂ ਅੱਜ ਤੁਸੀਂ ਸਰਪੰਚ ਹੈਗੇ ਹੋ ਲੋਕਾਂ ਦੀ ਮਦਦ ਕਰ ਰਹੇ ਰਾਤੀ ਤੱਕ ਬੂਹਾ ਕੋਈ ਦੇਣਾ ਚਾਹੋਗੇ ਆਪਣੇ ਪਿੰਡ ਵਾਲਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਵੀ ਚਲੋ ਕਿਸੇ ਵੀ ਟਾਈਮ ਰਾਤ ਦਿਨ ਜਦੋਂ ਵੀ ਮੇਰੀ ਜ਼ਰੂਰਤ ਪਵੇ ਜਿਸ ਟਾਈਮ 'ਤੇ ਵੀ ਮੇਰੀ ਜ਼ਰੂਰਤ ਪਵੇ ਮੈਂ ਉਸੇ ਟਾਈਮ ਰਾਤ ਦਿਨ ਤੁਹਾਡੇ ਸੇਵਾ 'ਚ ਹਾਜ਼ਰ ਰਹਾਂਗੀ। ਮੈਮ ਤੁਸੀਂ ਨੰਬਰ ਦੇਣਾ ਚਾਹੋਗੇ ਜਿਹੜਾ ਤੁਹਾਨੂੰ ਸੰਪਰਕ ਕਰ ਸਕਣ? ਹਾਂਜੀ ਹਾਂਜੀ ਬਿਲਕੁਲ ਨੰਬਰ ਦੇਣਾ ਚਾਹੂੰਗੀ ਮੈਂ ਆਪਣਾ ਅਤੇ ਨੰਬਰ ਬੋਲ ਦਿਓ 87-25-49-114 ਦੁਬਾਰਾ ਬੋਲੋ ਮੈਡਮ 87-25-49-114 ਆਪਣਾ ਨਾਮ ਦੁਬਾਰਾ ਬੋਲੋ ਪਿੰਡ ਪੰਡੋਰੀ ਸਿਰਮਾ ਸੰਦੀਪ ਕੌਰ 87-25-49-114 ਠੀਕ ਹੈ ਜੀ।